ਗੁੱਡ ਮਾਰਨਿੰਗ ਸਟੂਡੈਂਟ ਅੱਜ ਅਸੀਂ ਕਰਾਂਗੇ ਲੈਸਨ ਨੰਬਰ 1 ਤੁਹਾਡੇ ਲੈਸਨ ਦਾ ਨਾਮ ਹੈ ਪੰਜਾਬ ਦੇ ਲੋਕ ਕਿਤੇ ਅਤੇ ਲੋਕ ਕਲਾਵਾਂ ਤੇ ਬੇਟਾ ਜੀ ਪਹਿਲਾਂ ਮੈਂ ਤੁਹਾਨੂੰ ਕਰਵਾਏ ਹੀ ਕੁਐਸਚਨਸ ਛੋਟੇ ਤੇ ਹੁਣ ਹੈਗੇ ਸੰਖੇਪ ਆਤਮਕ ਪ੍ਰਸ਼ਨ ਜਾਂ ਤੁਸੀਂ ਕਹਿ ਲੋ ਕਿ ਐਮਸੀਕਿਊ ਵਾਲੇ ਠੀਕ ਹੈ ਜਿਨ੍ਹਾਂ ਦੇ ਆਪਸ਼ਨ ਤੁਹਾਨੂੰ ਦਿੱਤੇ ਹੋਣਗੇ ਤੇ ਬੇਟਾ ਜੀ ਸਾਡਾ ਪਹਿਲਾ ਕੁਐਸਚਨ ਹੈ ਕਿ ਪੰਜਾਬ ਦੇ ਲੋਕ ਕਿਤੇ ਅਤੇ ਲੋਕ ਕਲਾਵਾਂ ਦਾ ਲੇਖਕ ਕੌਣ ਹੈ ਤੁਹਾਡਾ ਆਨਸਰ ਹੈ ਕਿਰਪਾਲ ਕਜਾਕ ਤੇ ਬੇਟਾ ਇੱਕ ਜ਼ਰੂਰੀ ਗੱਲ ਇਹ ਹੈ ਕਿ ਇਹ ਜਿਹੜੀਆਂ ਜਿਹੜਾ ਪਹਿਲੇ ਵੀਡੀਓ ਚ ਮੈਂ ਤੁਹਾਨੂੰ ਜਿਹੜੇ ਆਬਜੈਕਟਿਵ ਟਾਈਪ ਕੁਐਸਚਨ ਦੱਸੇ ਹਨ ਨਾ ਉਹ ਵੀ ਬੜੇ ਅੱਛੀ ਤਰ੍ਹਾਂ ਲਰਨ ਕਰਨਾ ਤੇ ਇਹ ਵੀ ਅੱਛੀ ਤਰ੍ਹਾਂ ਲਰਨ ਕਰਨਾ ਕਿਉਂਕਿ ਇੰਨਾਂ ਦੇ ਵਿੱਚੋਂ ਹੀ ਕਈ ਕੁਐਸਚਨ ਐ ਉਹ ਜਿਹੜੇ ਜਿਹੜੇ ਉਹਨਾਂ ਨੇ ਫਿਲ ਅਪ ਦੇ ਵਿੱਚ ਵੀ ਪਾਏ ਹੋਏ ਨੇ ਤੇ ट्रू ਐਂਡ ਫਾਲਸ ਵਿੱਚ ਪਾਏ ਹੋਏ ਨੇ ਠੀਕ ਹੈ ਤੇ ਇਸ ਕਰਕੇ ਮੈਂ ਉਹਨਾਂ ਨੂੰ ਨਹੀਂ ਦੋ ਦਿਨ ਵਾਰੀ ਪੜ੍ਹਨ ਤੋਂ ਬਾਅਦ ਵਿੱਚ ਮੈਂ ਜਿਹੜੇ ਨਹੀਂ ਉਹਨਾਂ ਦੇ ਵਿੱਚ ਪਾਏ ਹੋਏ ਤੇ ਉਹ ਕੁਐਸਚਨ ਆਨਸਰ ਤਾਂ ਮੈਂ ਕਰਵਾ ਰਹੀਆਂ ਜਿਸ ਤਰ੍ਹਾਂ ਕਿ ਐਮਸੀਕਿਊ ਟਾਈਪ ਠੀਕ ਹੈ ਤੇ ਇਸ ਕਰਕੇ ਤੁਸੀਂ ਇਹਨਾਂ ਨੂੰ ਧਿਆਨ ਨਾ ਕਰਨਾ ਤੇ ਆਹਦਾ ਦੂਜਾ ਕੁਐਸਚਨ ਹੈ ਕਹਿੰਦੇ ਕਿ ਕਿਰਪਾਲ ਕਜਾਕ ਦਾ ਲਿਖਿਆ ਲੇ ਕਿਹੜਾ ਹੈ ਤੁਹਾਡਾ ਆਨਸਰ ਹੈ ਪੰਜਾਬ ਦੇ ਲੋਕ ਕਿਤੇ ਅਤੇ ਲੋਕ ਕਲਾਵਾ ਨਸਤ ਹੈ ਨਵੀਂ ਪੀੜ੍ਹੀ ਲੋਕ ਕੀਤਾ ਸਿੱਖਦੀ ਹੈ ਕਿੱਥੋਂ ਸਿੱਖਦੀ ਹੈ ਵੱਡੇ-ਵਡੇਰਿਆਂ ਤੋਂ ਜਾਂ ਪੁਰਖਿਆਂ ਤੋਂ ਅੱਗੇ ਅਕਾ ਸੋਨੇ ਦੇ ਗਹਿਣੇ ਬਣਾਉਣ ਵਾਲੇ ਦਾ ਕੀਤਾ ਕਰਨ ਵਾਲਾ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ਸੁਨਿਆਰ ਠੀਕ ਹੈ ਅੱਗੇ ਅਕਾ ਸੱਜੀ ਫੁੱਲ ਠੂਠੀਆਂ ਸ਼ਿੰਗਾਰ ਪੱਟੀ ਟਿੱਕਾ ਨਾਂ ਦੇ ਇਸਤਰੀਆਂ ਦੇ ਗਹਿਣੇ ਹਨ ਇਹ ਕਿਸ ਕਿੱਥੇ ਪਾਉਂਦੇ ਨੇ ਮਤਲਬ ਜਿਹੜੇ ਗਹਿਣੇ ਆ ਇਹ ਇਸ ਤਰ੍ਹਾਂ ਕਿੱਥੇ ਲਾਂਦਿਆਂ ਤਿਹੜਾ ਆਨਸਰ ਹੈ ਕੇਸਾਂ ਵਿੱਚ ਗੁੰਦੇ ਜਾਣ ਵਾਲੇ ਇਹ ਕਿਹੜੇ ਗਾਣੇ ਨੇ ਕੇਸਾਂ ਵਿੱਚ ਗੁੰਦੇ ਜਾਣ ਵਾਲੇ ਅੱਗੇ ਹੈ ਲੋਕ ਕਿੱਤਿਆ ਕਦੋਂ ਤੇ ਕਦੋਂ ਤੋਂ ਮਨੁੱਖੀ ਜੀਵਨ ਜਾਂਚ ਦਾ ਹਿੱਸਾ ਬਣਿਆ ਹੈ ਬਣੇ ਹੋਏ ਹਨ ਜਾਂ ਬਣੇ ਹਨ ਤੁਹਾਡਾ ਆਨਸਰ ਹੈ ਪ੍ਰਚੀਨ ਕਾਲ ਤੋਂ ਅੱਗੇ ਨੈਕਸਟ ਹੈ ਕਹਿੰਦੇ ਔਜ਼ਾਰਾਂ ਦਾ ਵਿਕਾਸ ਕਿਸ ਚੀਜ਼ ਦੀ ਲੱਭਤ ਨਾਲ ਹੋਇਆ ਤੁਹਾਡਾ ਗਾ ਤਾਤਾ ਦਾ ਤਾਤਾ ਨਾਲ ਠੀਕ ਹੈ ਨਸ ਹੈ ਕਿਸੇ ਕਾਮਾ ਸ਼੍ਰੇਣੀ ਦੇ ਇੱਕ ਕੰਮ ਨੂੰ ਲੰਮਾ ਸਮਾਂ ਲਗਾਤਾਰ ਕਰਨ ਨਾਲ ਕੀ ਹੋਂਦ ਵਿੱਚ ਆਇਆ ਤੁਹਾਡਾ ਆਨਸਰ ਹੈ ਕੀ ਹੋਂਦ ਵਿੱਚ ਆਇਆ ਕੀਤਾ ਨੈਕਸਟ ਹੈ ਕਹਿੰਦੇ ਕਿਸੇ ਸਮਾਨ ਪਰੰਪਰਾ ਵਾਲੇ ਸੱਭਿਆਚਾਰ ਦੇ ਮਨੁੱਖੀ ਸਮੂਹ ਦੀਆਂ ਮਾਨਸਿਕ ਭਾਵਨਾਵਾਂ ਨੂੰ ਪ੍ਰਗਟ ਪ੍ਰਗਟਾਉਣ ਵਾਲੀ ਅਤੇ ਵਿਸੇ ਵਿੱਚੋਂ ਪ੍ਰਾਪਤ ਹੋਣ ਵਾਲੀ ਕਲਾ ਨੂੰ ਕੀ ਕਿਹਾ ਜਾਂਦਾ ਹੈ ਲੋਕ ਕਲਾ ਨੈਕਸਟ ਹੈ ਕਹਿੰਦੇ ਕਿ ਕੰਮ ਦੀ ਵੰਡ ਨਾਲ ਕੀ ਹੋਂਦ ਵਿੱਚ ਆਇਆ ਤੁਹਾਡਾ ਗਾ ਕਾਮਾ ਸ਼੍ਰੇਣੀਆਂ ਨੈਕਸਟ ਹੈ ਜਿਸ ਤੇ ਕਿਸੇ ਕਿਤੇ ਦਾ ਨਿਰਮਾਣ ਹੁੰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਕੀਤਾ ਕਿਹਾ ਜਾਂਦਾ ਜੀ ਨੈਕਸਟ ਹੈ ਲੋਕ ਕਿਤੇ ਮਨੁੱਖ ਦੇ ਸਾਹਮਣੇ ਸਭ ਤੋਂ ਪਹਿਲਾਂ ਕੀਵੇਂ ਪੈਦਾ ਹੋਇਆ ਲੋੜ ਪੈਦਾ ਹੋਣ ਕਰਕੇ ਨੈਕਸਟ ਹੈ ਸ਼ੁਰੂ ਵਿੱਚ ਮਨੁੱਖ ਨੇ ਲੋੜ ਕਿਵੇਂ ਪੂਰੀ ਕੀਤੀ ਬੇਟਾ ਮਮਾ ਨੰਨੇ ਅੰਕ ਨੂੰ ਉੱਤੇ ਅਧਖਾ ਖਖਾ ਮੋ ਦੇ ਹੇਠੇ ਉੱਕਰ ਪੈ ਗਿਆ ਮੇਰ ਕੋ ਤੇ ਮਨੁੱਖ ਦੇ ਸਪੈਲਿੰਗ ਠੀਕ ਕਰ ਲੈਣਾ ਤੇ ਹਾ ਡਾਂਸਰ ਹੈ ਕਿ ਮਤਲਬ ਕਹਿੰਦੇ ਸ਼ੁਰੂ ਵਿੱਚ ਮਨੁੱਖ ਨੇ ਲੋੜ ਕਿਵੇਂ ਪੂਰੀ ਕੀਤੀ ਤੇ ਅਨਸਰ ਇਹਦਾ ਇੱਥੇ ਮੈਂ ਟਿਕ ਨਹੀਂ ਕੀਤਾ ਤੇ ਇਹਦਾ ਅਨਸਰ ਹੋਏਗਾ ਐੜਾ ਇਕੱਠਿਆਂ ਤੇ ਰਲ ਕੇ ਠੀਕ ਹੈ ਇਕੱਠਿਆਂ ਤੇ ਰਲ ਕੇ ਅੱਗੇਗਾ ਕੰਮਾਂ ਦੀ ਗਿਣਤੀ ਵੱਧ ਨਾਲ ਵਧਣ ਨਾਲ ਕਿਹੜੀ ਲੋਡ ਪੈਦਾ ਹੋਈ ਤੇ ਤੁਹਾਡਾ ਆਨਸਰ ਹੈ ਕੰਮਾਂ ਦੀ ਵੰਡ ਦੀ ਹੱਥ ਨਾਲ ਕੀਤੇ ਜਾਣ ਵਾਲੇ ਕੰਮ ਨੂੰ ਕੀ ਕਿਹਾ ਜਾਂਦਾ ਹੈ ਕਾਰ ਕਰਨੀ ਤੇ ਇੱਕ ਬੇਟਾ ਜ਼ਰੂਰੀ ਨੋਟ ਇਹ ਹੈ ਕਿ ਵਸਤੂਨਿਸ਼ਟ ਜਿਹੜੀ ਕਿ ਮੈਂ ਪਹਿਲੀ ਵੀਡੀਓ ਬਣਾਈ ਸੀ ਤੇ ਐ ਬਹੁਵਿਕਲਪਿਤ ਜਿਹੜੇ ਕਿ ਅਸੀਂ ਉੱਪਰ ਹੋ ਕੇ ਦੱਸਿਆ ਇਹਨਾਂ ਵਿੱਚ ਹੀ ਖਾਲੀ ਥਾਵਾਂ ਤੇ ਸਹੀ ਗਲਤ ਆਉਣੇ ਹਨ ਸੋ ਧਿਆਨ ਨਾਲ ਕਰ ਲੈਣਾ ਇਸ ਗੱਲ ਦਾ ਜ਼ਿਕਰ ਮੈਂ ਪਹਿਲਾਂ ਸਟਾਰਟਿੰਗ ਵਿੱਚ ਵੀ ਕਰ ਚੁੱਕਾ ਕਰ ਚੁੱਕੀ ਹਾਂ ਤੇ ਮੈਂ ਇਹ ਤਾਂ ਕਰਕੇ ਲਿਖ ਦੇ ਕਿ ਤੁਹਾਡੇ ਮਾਈਂਡ ਵਿੱਚ ਰਹੇ ਕਹਿੰਦੇ ਹੋ ਵੀ ਵੀਡੀਓ ਨੂੰ ਅੱਛੀ ਤਰ੍ਹਾਂ ਵੇਖ ਲੈਣਾ ਇਹਨਾਂ ਦੇ ਅਕੋਰਡਿੰਗਲੀ ਹੀ ਤੁਹਾਨੂੰ ਫਿਲ ਅਪ ਤੇ ਸਹੀ ਗਲਤ ਆਣੇ ਨੇ ਟਰੂ ਐਂਡ ਫਾਲਸ ਆਣੇ ਨੇ ਠੀਕ ਹੈ ਤੇ ਹੁਣ ਬਹੁਤ ਹੀ ਇੰਪੋਰਟੈਂਟ ਕੁਐਸਚਨ ਵੇਖੋ ਸਾਡੇ ਕਿਹੜੇ-ਕਿਹੜੇ ਨੇ ਜਿਸ ਇਹ ਲੌਂਗ ਹੈ ਇਹ 3 ਨੰਬਰ ਦੇ ਆਣੇ ਨੇ ਠੀਕ ਹੈ ਇਹ ਕਹਿੰਦੇ ਕਿ ਪੰਜਾਬ ਦੇ ਲੋਕ ਕਿਤੇ ਤੇ ਲੋਕ ਕਲਾਵਾਂ ਪਾੜ ਦੇ ਆਧਾਰ ਤੇ ਦੱਸੋ ਕਿ ਲੋਕ ਕਿੱਤਿਆਂ ਦੇ ਵਕ ਵਕ ਨਾ ਕਿਵੇਂ ਪ੍ਰਚਲਿਤ ਹੋਏ ਤੇ ਇਹ ਬਹੁਤ ਇੰਪੋਰਟੈਂਟ ਹੈ ਠੀਕ ਹੈ ਤੇ ਨੈਕਸਟ ਹੈਗਾ ਕਹਿੰਦੇ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਪੜਦੇ ਦੇ ਆਧਾਰ ਤੇ ਦੱਸੋ ਕਿ ਲੋਕ ਕਿੱਤੇ ਤੇ ਲੋਕ ਧੰਦੇ ਦੇ ਅਰਥਾਂ ਵਿੱਚ ਫਰਕ ਹੈ ਫਿਰ ਅਗੇ ਹੈਗਾ ਕਿ ਲੋਕਿੱਤੇ ਦੀ ਵੀ ਲੋਕਿੱਤੇ ਦੀ ਵਿਸ਼ੇਸ਼ਤਾ ਕੀ ਹੈ ਲੁਹਾਰ ਤੇ ਤਰਖਾਨ ਵੱਲੋਂ ਕਿਤੇ ਜਾਣ ਵਾਲੇ ਜਿਹੜੇ ਵਰਤੇ ਬਣਾਏ ਜਾਣ ਵਾਲੇ ਸੰਦਾਂ ਦੇ ਨਾਲ ਲਿਖੋ ਠੀਕ ਹੈ ਨੈਕਸਟ ਹੈ ਸੁਨਿਆਰਾ ਅਨੇਕ ਪ੍ਰਕਾਰ ਦੀ ਵੰਗਣੀ ਦੇ ਗਹਿਣੇ ਬਣਾਉਂਦਾ ਹੈ ਇਸ ਪਾਠ ਦੇ ਆਧਾਰ ਤੇ ਦੱਸੋ ਕਿ ਉਹ ਮਰਦਾਂ ਵਿੱਚ ਅਤੇ ਇਸਤਰੀਆਂ ਦੇ ਕਿਹੜੇ ਕਿਹੜੇ ਗਹਿਣੇ ਬਣਾਉਂਦਾ ਹੈ ਤੇ ਨੈਸਟ ਹੈਗਾ ਲੋਕ ਕਲਾ ਦੀ ਕੀ ਵਿਸ਼ੇਸ਼ਤਾ ਹੈ ਉਦਾਹਰਨ ਸਹਿਤ ਦੱਸੋ ਲੋਕ ਕਲਾ ਤੇ ਸਾਸਤਰੀ ਕਲਾ ਵਿੱਚ ਅੰਤਰ ਦੱਸੋ ਪੰਜਾਬ ਵਿੱਚ ਬਹੁਤੀਆਂ ਲੋਕ ਕਲਾਵਾਂ ਜਿਹੜੀਆਂ ਦਿਆਂ ਸਿਰਜਣ ਇਸਤਰੀਆਂ ਹਨ ਇੱਥੇ ਲਿਖਣਾ ਇਸਤਰੀਆਂ ਠੀਕ ਹੈ ਪੰਜਾਬ ਵਿੱਚ ਬਹੁਤੀਆਂ ਲੋਕ ਕਲਾਵਾਂ ਦੀਆਂ ਸਿਰਜਕ ਇਸਤਰੀਆਂ ਰਹੀਆਂ ਹਨ ਚਾਨਣਾ ਪਾਓ ਐਮ ਵੈਰੀ ਵੈਰੀ ਇੰਪੋਰਟੈਂਟ ਹੈ ਬੇਟਾ ਠੀਕ ਹੈ ਇਸ ਪਾਠ ਦੇ ਆਧਾਰ ਤੇ ਬਾਗ ਦੀ ਕਢਾਈ ਲੋਕ ਕਲਾ ਦੀ ਵਿਸ਼ੇਸ਼ ਕਲਾ ਮੰਨੀ ਗਈ ਹੈ ਦੱਸੋ ਕਿਵੇਂ ਅੱਗੇ ਗਿਆ ਫੁਲਕਾਰੀ ਦੀ ਕਢਾਈ ਦੇ ਹੁਣ ਨੂੰ ਲੋਕ ਕਲਾ ਦਾ ਸਿਖਰ ਮੰਨਿਆ ਜਾਂਦਾ ਹੈ ਅੱਗੇ ਗਿਆ ਕਿ ਬਾਗ ਅਤੇ ਫੁਲਕਾਰੀ ਦੀ ਲੋਕ ਕਲਾ ਤੇ ਕਲਾਵਾਂ ਇਲਾਵਾ ਸੋਰੀ ਲੋਕ ਕਲਾ ਦੀਆਂ ਹੋਰ ਕਿਹੜੀਆਂ ਬਣਗੀਆਂ ਹਨ ਤੇ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨੈਕਸਟ ਹੈ ਕਿ ਨਵਰਾਤਿਆਂ ਦੇ ਨਵਰਾਤਿਆਂ ਦੇ ਦਿਨਾਂ ਵਿੱਚ ਕੁੜੀਆਂ ਦੇ ਬਣਾਉ ਬਣਾਈਆਂ ਗਈਆਂ ਮਿੱਟੀ ਦੀਆਂ ਮੂਰਤੀਆਂ ਬਾਰੇ ਭਰਪੂਰ ਜਾਣਕਾਰੀ ਦਿਓ ਜਿਹੜੀਆਂ ਕੁੜੀਆਂ ਜਦੋਂ ਨਰਾਤੇ ਹੁੰਦੇ ਨੇ ਤਾਂ ਕਾਂਦ ਤੇ ਦੀਵਾਰ ਤੇ ਸਾਂਝੀ ਮਾਈ ਬਣਾਦੇ ਨੇ ਮੂਰਤੀ ਉਹਦੇ ਬਾਰੇ ਦੱਸਣਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਰੇ ਲੌਂਗ ਕੁਐਸਚਨ ਕਰਨੇ ਨੇ ਪਰ ਜਿਹੜੇ ਵੈਰੀ ਵੈਰੀ ਇੰਪੋਰਟੈਂਟ ਹਨ ਉਹਨਾਂ ਨੂੰ ਜ਼ਿਆਦਾ ਹੀ ਲਿਖ ਲੈ ਕੇ ਵੇਖਣਾ ਹੈ ਅੱਛੀ ਤਰ੍ਹਾਂ ਤੇ ਬੇਟਾ ਪੰਜਾਬੀ ਦੇ ਦਾ ਪੇਪਰ ਵੀ ਓਨੇ ਨੰਬਰਾਂ ਦਾ ਹੈ ਤੇ ਇਕਨੋਮਿਸਟਾ ਉਹ ਵੀ ਓਨੇ ਨੰਬਰਾਂ ਦਾ ਤੇ ਨਾਲ ਹੀ ਤੁਹਾਡਾ ਜਿਹੜਾ ਹੈਗਾ ਬਿਜ਼ਨਸ ਦਾ ਤੇ ਨਾਲ ਹੀ ਕਾਉਂਟਸ ਦਾ ਵੀ ਉਨੇ ਨੰਬਰਾਂ ਦਾ ਤੇ ਇਸ ਕਰਕੇ ਇਹਨਾਂ ਚੀਜ਼ਾਂ ਵੱਲ ਵੀ ਬਹੁਤ ਧਿਆਨ ਦੇਣਾ ਇਹ ਨਹੀਂ ਕਹਿਣਾ ਕਿ ਪੰਜਾਬੀ ਹੈ ਤੇ ਚਲੋ ਬਾਅਦ ਵਿੱਚ ਕਰ ਲਾਂਗੇ ਨਾਲ ਨਾਲ ਪੜਨਾ ਸਟਾਰਟ ਕਰੋ ਤੇ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਠੀਕ ਹੈ ਯਾਰ